ਤੇ ਫਜ਼ਿਲਕਾ ਤੋਂ ਬਾਅਦ ਬਠਿੰਡਾ ਵਿੱਚ ਵੀ ਫਸਲ ਤੇ ਟਿੱਡੀ ਦਲ ਨੇ ਹਮਲਾ ਕੀਤਾ। ਕਿਸਾਨਾਂ ਨੇ ਖੇਤੀਬਾੜੀ ਮਹਿਕਮੇ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉੱਥੇ ਹੀ ਪ੍ਰਸ਼ਾਸਨ ਨੇ ਟਿੱਡੀ ਦਲ ਨਾਲ ਨਿਪਟਣ ਦੇ ਲਈ ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਰਾਜਸਥਾਨ ਤੋਂ ਬਾਅਦ ਹੁਣ ਪੰਜਾਬ 'ਚ ਵੀ ਟਿੱਡੀ ਦਲ ਨੇ ਦਸਤਕ ਦੇ ਦਿੱਤੀ ਹੈ। ਕਿਸਾਨ ਖੌਫ 'ਚ ਜੀ ਰਹੇ ਨੇ ਤਾਂ ਪ੍ਰਸ਼ਾਸਨ ਕਿਸਾਨਾਂ ਨੂੰ ਪੁਖਤਾ ਪ੍ਰਬੰਧ ਦਾ ਹੌਸਲਾ ਦੇ ਰਿਹਾ ਹੈ। ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੋਂ ਦੇ ਪਿੰਡ ਸੇਖੋ 'ਚ 40 ਤੋਂ 50 ਦੇ ਕਰੀਬ ਟਿੱਡੀ ਦਲ ਨੇ ਹਮਲਾ ਕਰ ਦਿੱਤਾ। ਕਿਸਾਨ ਇਸ ਟਿੱਡੀ ਦਲ ਨੂੰ ਮਾਰ ਮੁਕਾ ਕੇ ਆਪਣੀਆਂ ਫਸਲਾਂ ਨੂੰ ਬਚਾ ਰਹੇ ਨੇ ਤੇ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਮਦਦ ਦੀ ਮੰਗ ਕੀਤੀ ਹੈ। ਸਾਡੇ ਬਹੁਤ ਜ਼ਿਆਦਾ ਨੁਕਸਾਨ ਕਰੀ ਜਾ ਰਹੀ ਹੈ ਵਿੱਚ, ਕਿਤੇ ਕਿਤੇ ਇਕੱਲੇ ਦੋ ਦੋ ਚਾਰ ਚਾਰ ਬੈਠੇ ਆ, ਫੜੇ ਆ ਲੋਕਾਂ ਨੇ, ਦਿਖਾਉਣਗੇ ਲੋਕ, ਇਹਨਾਂ ਦਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਜੀ। ਕਿਉਂਕਿ ਜੀ ਬਹੁਤ ਫਸਲ ਦੀ ਮਾਰ ਕਰੀ ਜਾਂਦੀਆਂ, ਇਹਦਾ ਕੋਈ ਨਾ ਕੋਈ ਇੰਤਜ਼ਾਮ, ਕੋਈ ਸਰਕਾਰ ਜਾਂ ਕੋਈ ਪੱਤਰਕਾਰ ਜਾਂ ਕੋਈ ਤੁਸੀਂ ਡਾਕਟਰ ਸੂਤ ਕਰੋ ਅਤੇ ਬਹੁਤ ਨੁਕਸਾਨ ਹੋਈ ਜਾਂਦਾ ਜੀ। ਅਸੀਂ ਕੱਲ੍ਹ ਸ਼ਾਮ ਨੂੰ ਵੀ ਦੇਖਿਆ ਜੀ, ਬਹੁਤ ਟਿੱਡੀਆਂ ਜੀ, ਹਮਲਾ ਹੋਇਆ ਜੀ, ਸਰੋਂ 'ਤੇ ਜ਼ਿਆਦਾ ਆ ਜੀ, ਕਣਕ 'ਤੇ ਘੱਟ ਆ ਜੀ, ਅਤੇ ਉਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਜੀ। ਅਸੀਂ ਫੜੀਆਂ ਵੀ ਆ ਜੀ ਬਹੁਤ ਜ਼ਿਆਦਾ, ਕੁਛ ਫੜੀਆਂ ਕੁਛ ਉਡਾਈਆਂ ਵੀ ਆ ਜੀ। ਉਧਰ ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਹਮਲੇ ਤੇ ਸਹਿਮਤੀ ਜਤਾਈ ਹੈ। ਖੇਤੀਬਾੜੀ ਵਿਭਾਗ ਦੀ ਦਲੀਲ ਹੈ ਕਿ ਉਹਨਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਇਸ ਹਮਲੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਤੇ ਇਸ ਹਮਲੇ ਨਾਲ ਨਜਿੱਠਣ ਲਈ ਉਹਨਾਂ ਨੇ ਪੁਖਤਾ ਪ੍ਰਬੰਧ ਕੀਤੇ ਨੇ। ਸ਼ਾਮ ਨੂੰ ਪਿੰਡ ਸੇਖੂ ਵਿਖੇ ਅਸੀਂ ਆਏ ਹਾਂ, ਮੇਰੀ ਟੀਮ ਨਾਲ ਮੈਂ ਆਇਆ ਤਾਂ ਅਸੀਂ ਵੇਖਿਆ ਵੀ ਜਿਹੜਾ ਹੈਗਾ 40-50 ਟਿੱਡੀਆਂ ਦੀ ਅਸੀਂ ਇੱਥੇ ਜਿਹੜੀ ਹੈਗੀ ਆ ਗਿਣਤੀ ਅਸੀਂ ਕੀਤੀ ਸੀ ਜੀ, 'ਚੋਂ 10-15 ਅਸੀਂ ਮਾਰ ਲਈਆਂ ਸੀ। ਉਦੋਂ ਅਸੀਂ ਉਦੋਂ ਬਾਅਦ ਰਾਤ ਵੇਲੇ ਜਦੋਂ ਦੇਖਿਆ ਤਾਂ ਸਾਨੂੰ ਜਿਹੜਾ ਹੈਗਾ ਕੁਛ ਵੀ ਦੇਖਣ ਨੂੰ ਨਹੀਂ ਮਿਲਿਆ, ਅਤੇ ਸੁਬਾਹ ਜਿਹੜੀਆਂ ਰਿਪੋਰਟਸ ਸਵੇਰੇ ਆ ਰਹੀਆਂ ਫੀਲਡ ਦੇ ਵਿੱਚੋਂ ਇਹੀ ਨੇ, ਜਿੱਦਾਂ ਬਾਂਡੀ ਪਿੰਡ 'ਚ, ਫੱਲੜ ਪਿੰਡ ਵਿੱਚ 2-4 ਜਿੱਦਾਂ ਸਾਨੂੰ ਦੇਖ ਰਿਪੋਰਟ ਆਈ ਆ, ਉਦੋਂ ਬਾਅਦ ਫੁੱਲੋ ਮਿੱਠੀ ਪਿੰਡ ਵਿੱਚ, ਰੈਕੇ ਕਲਾਂ ਪਿੰਡ ਵੀ ਇਹਦੀ ਰਿਪੋਰਟ ਆਈ ਆ। ਆਉਣ ਵਾਸਤੇ ਅਸੀਂ ਸਭ ਤੋਂ ਪਹਿਲਾਂ ਤਾਂ ਇਹੀ ਕਿਸਾਨ ਵੀਰਾਂ ਨੂੰ ਕੱਲ੍ਹ ਵੀ ਰਾਤ ਮੈਂ ਬੇਨਤੀ ਕੀਤੀ ਸੀ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਬੈਠਣ ਤੋਂ ਹੀ ਰੋਕਣਾ ਵੀ ਆਪਣੀਆਂ ਫਸਲਾਂ 'ਤੇ ਇਹ ਬੈਠਣ ਹੀ ਨਾ, ਕਿਉਂਕਿ ਜੇ ਫਸਲ 'ਤੇ ਬੈਠਦੀਆਂ ਨੇ ਫਿਰ ਵੀ ਕੋਈ ਨਾ ਕੋਈ ਨੁਕਸਾਨ ਉਹ ਕਰਨਗੀਆਂ। ਜਿਹੜੀਆਂ ਟੀਮਾਂ ਜਿਹੜੀਆਂ ਨੇ, ਅਸੀਂ 7 ਟੀਮਾਂ ਜਿਹੜੀਆਂ ਬਲਾਕ ਪੱਧਰ ਦੇ ਵਿੱਚ ਬਣਾਈਆਂ ਹੋਈਆਂ ਨੇ, ਸਾਰੀਆਂ ਟੀਮਾਂ ਜਿਹੜਾ ਪਿੰਡਾਂ ਦੇ ਵਿੱਚ ਆਪਣਾ ਜਿਹੜਾ ਸਰਵੇ ਕਰ ਰਹੀਆਂ ਨੇ, ਕਿਸਾਨਾਂ ਨੂੰ ਜਾਣਕਾਰੀ ਦੇ ਰਹੀਆਂ ਨੇ, ਅਤੇ ਨਾਲ ਹੀ ਜਿਹੜਾ ਕੋਈ ਜੇਕਰ ਕਿਸੇ ਕਿਸਮ ਦੀ ਕੋਈ ਇਹਦੇ ਵਿੱਚ ਕੋਈ ਮੁਸ਼ਕਲ ਆਏਗੀ ਤਾਂ ਅਸੀਂ ਉੱਪਰ ਜਿਹੜਾ ਹੈ ਉੱਚ ਅਧਿਕਾਰੀਆਂ ਦੇ ਨਾਲ ਤਾਲਮੇਲ ਦੇ ਵਿੱਚ ਹੈਗੇ ਆ। ਪ੍ਰਸ਼ਾਸਨ ਇਸ ਹਮਲੇ ਨਾਲ ਨਜਿੱਠਣ ਲਈ ਜਿੱਥੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕਰ ਰਿਹਾ ਹੈ ਤਾਂ ਉੱਥੇ ਕਿਸਾਨ ਪ੍ਰਸ਼ਾਸਨ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਰਹੇ ਨੇ, ਜਿਸ ਦਾ ਨਤੀਜਾ ਇਹ ਹੈ ਕਿ ਟਿੱਡੀ ਦਲ ਦਾ ਖੌਫ ਕਿਸਾਨਾਂ ਨੂੰ ਅੰਦਰੋਂ ਅੰਦਰੀ ਖਾਏ ਜਾ ਰਿਹਾ ਹੈ। ਕਿਸਾਨਾਂ ਨੂੰ ਆਏ ਦਿਨ ਨਵੀਆਂ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ ਅਤੇ ਸਰਕਾਰਾਂ ਅਤੇ ਪ੍ਰਸ਼ਾਸਨ ਕੋਲ ਉਹੀ ਪੁਰਾਣੇ ਦਿਲਾਸੇ ਨੇ। ਹਾਲੇ ਪੰਜਾਬ ਦਾ ਕਿਸਾਨ ਵੀ ਮੌਸਮੀ ਮੀਂਹ ਅਤੇ ਪਹਾੜਾਂ ਤੋਂ ਉੱਤਰੇ ਬੇਲੋੜੇ ਪਾਣੀ ਤੋਂ ਸੰਭਲਿਆ ਨਹੀਂ ਸੀ ਕਿ ਹੁਣ ਟਿੱਡੀ ਦਲ ਨੇ ਦਸਤਕ ਦੇ ਕੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬਠਿੰਡਾ ਤੋਂ ਗੋਬਿੰਦ ਸੈਣੀ ਦੇ ਨਾਲ ਪੀਰ ਰਿਪੋਰਟ, ਸੀ ਮੀਡੀਆ। ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਨੂੰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।